ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਜਾ ਰਹੇ ਪੰਜਵੇਂ ਸਪਾਰਕ ਮੇਲੇ ਦੌਰਾਨ ਨਿੱਜੀ ਵਿਦਿਅਕ ਸੰਸਥਾਵਾਂ ਵੱਲੋਂ ਪੰਜਾਬੀ ਭਾਸ਼ਾ ਨੂੰ ਅਣਗੌਲਿਆ ਕੀਤਾ ਗਿਆ। ਮੇਲੇ ਦੌਰਾਨ ਲੱਗੇ ਸਟਾਲਾਂ ਉੱਪਰ ਨਿੱਜੀ ਸੰਸਥਾਵਾਂ ਵੱਲੋਂ ਕਿਸੇ ਵੀ ਸੰਸਥਾ ਨੇ ਪੰਜਾਬ ਦੀ ਪਹਿਲੀ ਭਾਸ਼ਾ ਪੰਜਾਬੀ ਵਿੱਚ ਆਪਣੀ ਸੰਸਥਾ ਦਾ ਨਾਂ ਤੱਕ ਨਹੀਂ ਲਿਖਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸਤਨਾਮ ਸਿੰਘ ਬਾੜ ਦਾ ਕਹਿਣਾ ਹੈ ਕਿ ਪੰਜਾਬੀ ਭਾਸ਼ਾ ਦੇ ਪ੍ਰਸਾਰ ਤੇ ਪ੍ਰਚਾਰ ਵਿੱਚ ਸਿੱਖਿਆ ਵਿਭਾਗ ਵਚਨਬੱਧ ਹੈ ਅਤੇ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾ ਰਿਹਾ ਹੈ। ਨਿੱਜੀ ਸੰਸਥਾਵਾਂ ਵੱਲੋਂ ਪੰਜਾਬੀ ਭਾਸ਼ਾ ਨੂੰ ਅਣਗੌਲਣ ਸੰਬੰਧੀ ਪੁੱਛੇ ਗਏ ਸਵਾਲ 'ਤੇ ਉਹਨਾਂ ਦਾ ਕਹਿਣਾ ਹੈ ਕਿ ਨਿੱਜੀ ਸੰਸਥਾਵਾਂ ਨੂੰ ਭਵਿੱਖ ਵਿੱਚ ਅਜਿਹੀ ਗਲਤੀ ਨਾ ਕਰਨ ਸੰਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ। ਨਹੀਂ, ਸਕੂਲਾਂ ਦੇ ਵਿੱਚ ਤਾਂ ਪੰਜਾਬੀ ਨੂੰ ਆਪਣਾ ਮੁਕਾਮ ਹਾਸਲ ਹੈ, ਇਹ 'ਚ ਕੋਈ ਸ਼ੱਕ ਨਹੀਂ ਗੀ। ਅਤੇ ਜਦੋਂ ਅਸੀਂ ਸਕੂਲਾਂ ਤੋਂ ਬਾਹਰ ਨਿਕਲਾਂ, ਕਾਲਜਸ ਵਿੱਚ ਜਾਣਾ ਵਾ, ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ 'ਤੇ ਜਾਣਾ ਵਾ, ਅਤੇ ਮੇਰੇ ਖਿਆਲ ਉੱਤੇ ਸਾਡਾ ਅੰਗਰੇਜ਼ੀ ਤੋਂ ਬਗੈਰ ਜਿਹੜਾ ਉਹਦਾ ਗੁਜ਼ਾਰਾ ਨਹੀਂ ਹੈ। ਇਹ ਵੀ ਇੱਕ ਸਿੱਖਣ ਯੋਗ ਅਤੇ ਕੰਪਲਸਰੀ ਭਾਸ਼ਾ ਵਾ, ਜਿਹਦੇ ਨਾਲ ਜਿਹੜਾ ਬੱਚਿਆਂ ਦਾ ਭਵਿੱਖ ਵੀ ਜੁੜਿਆ ਹੋਇਆ ਵਾ। ਅਤੇ ਬਹੁਤ ਸਾਰੇ ਬੱਚੇ ਮੇਰੇ ਖਿਆਲ ਆ ਇਹ ਸ਼ੁਰੂ ਕਰ ਲੈਣ, ਕਿਉਂਕਿ ਪੰਜਾਬ ਸਰਕਾਰ ਵੀ ਇਹ ਚਾਹੁੰਦੀ ਹੈ ਕਿ ਉਹਨਾਂ ਨੂੰ ਜਿਹੜੀ ਆ ਇੰਗਲਿਸ਼ ਭਾਸ਼ਾ ਜਿਹੜੀ ਆ ਉਹ ਸ਼ੁਰੂਆਤੀ ਦੌਰ ਦੇ ਵਿੱਚ ਜਿਹੜੀ ਆ ਉਹ ਨਾਲ ਦੀ ਨਾਲ ਹਾਸਲ ਕਰ ਲੈਣੀ ਚਾਹੀਦੀ। ਨਹੀਂ, ਪੰਜਾਬੀ ਆਪਣੀ ਜਗ੍ਹਾ 'ਤੇ ਹੈ, ਪੰਜਾਬੀ ਦੇ ਨਾਲ ਨਾਲ ਜਿਹੜਾ ਵਾ ਉਹ ਦੂਜੀਆਂ ਭਾਸ਼ਾਵਾਂ ਵੀ ਜਿਹੜੀਆਂ ਉਹਨਾਂ ਦਾ ਵੀ ਇੱਕ ਰੋਲ ਜਿਹੜਾ ਉਹ ਹੈ। ਪੰਜਾਬੀ ਲਿਖਣਾ ਚਾਹੀਦਾ, ਇਹਦੇ 'ਚ ਕੋਈ ਸ਼ੱਕ ਨਹੀਂ ਗਾ। ਪੰਜਾਬੀ ਉਹਨਾਂ ਨੂੰ ਜਿਹੜਾ ਵਾ ਉਹ ਜ਼ਰੂਰ ਪੰਜਾਬੀ ਦੇ ਵਿੱਚ ਵੀ ਆਪਣਾ ਲਿਟਰੇਚਰ ਜਿਹੜਾ ਉਹ ਪੇਸ਼ ਕਰਨਾ ਚਾਹੀਦਾ ਸੀਗਾ। ਅਤੇ ਇਹ ਘਾਟ ਆ ਮਹਿਸੂਸ ਕੀਤੀ ਜੇ ਆਈ ਸਾਡੇ ਨੋਟਿਸ ਦੇ ਵਿੱਚ, ਅਤੇ ਨੈਕਸਟ ਟਾਈਮ ਜਿਹੜਾ ਇਹਨੂੰ ਵੀ ਜਿਹੜਾ ਉਹ ਦੂਰ ਕਰਾਂਗੇ ਕਿ ਬੱਚਿਆਂ ਨੂੰ ਜਿਹੜਾ ਦੋਨਾਂ ਭਾਸ਼ਾਵਾਂ ਦੇ ਵਿੱਚ ਹੀ ਜਾਣਕਾਰੀ ਜਿਹੜੀ ਉਹ ਹਾਸਲ ਹੋਣੀ ਚਾਹੀਦੀ। ਇਹਨਾਂ ਨੂੰ ਅਗਾਂਹ ਵਾਸਤੇ ਜਿਹੜਾ ਵਾ ਜ਼ਰੂਰ ਸੁਚੇਤ ਕੀਤਾ ਜਾਊਗਾ ਕਿ ਇਹ ਆਪਣਾ ਲਿਟਰੇਚਰ ਜਿਹੜਾ ਵਾ ਉਹ ਆਪਣੀ ਗੱਲ ਜਿਹੜੀ ਆ ਉਹ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਵਿੱਚ ਵੀ ਸਮਝਾਉਣ। ਹਾਂਜੀ, ਹੋਵੇ ਅਤੇ ਪੰਜਾਬੀ ਮਸਟ ਹੋਵੇ। ਹਾਂ, ਪੰਜਾਬੀ ਬਿਲਕੁਲ, ਪੰਜਾਬੀ ਨਾਲ ਪਹਿਲਾਂ ਪੰਜਾਬੀ ਹੋਣੀ ਚਾਹੀਦੀ, ਹੋਰ ਕਰੋ ਬਿਲਕੁਲ, ਪਰ ਪੰਜਾਬੀ ਜਿਹੜੀ ਹੈ ਇਹਨੂੰ ਅਣਗੌਲਿਆ ਨਹੀਂ ਕੀਤਾ ਜਾਣਾ ਚਾਹੀਦਾ।